ਨੇ ਨਾ ਮਾਂ ਪਿਓ ਮਿਲ ਜਾਂਦਾ, ਦਨਾਨੀਆਂ ਨਹੀਂ ਲੱਭਦੀਆਂ। ਅੱਬੇ ਨੂੰ 500 ਦਿੰਦਾ ਹੁੰਦਾ, ਗਾਲਾਂ ਕੱਢਦਾ ਸੀ, ਹੁਣ ਸਹੁਰੇ ਨੂੰ 200 ਦਿੰਦਾ, ਮੂੰਹ ਮੱਥਾ ਚੁੰਮਦਾ। ਚਲੋ ਮਾਂ ਪਿਓ ਦਾ ਉਹਦੇ ਹੱਕ ਬਣਦਾ ਨਾ, ਦਨਾਨੀ ਨੂੰ ਮਾਰਨ ਦਾ। ਛੋਟੇ ਭਰਾ ਨੇ ਭਾਨ ਕਾ ਤੋਂ ਮਾਰੇ, ਉਹਨੇ ਮਾਰਿਆ, 3 ਦਿਨ ਹੋ ਗਏ ਨੇ, ਮੈਂ ਰੋਟੀ ਨਹੀਂ ਖਾਣ ਡਿਆ, ਮੇਰਾ ਅੰਦਰੋਂ ਦਿਲ ਰੋਂਦਾ। ਦਨਾਨੀਆਂ ਕਿੱਥੋਂ ਲੱਭਦੀਆਂ? ਮਾਂ ਪਿਓ ਮਰ ਜਾਏ ਸਾਰਾ ਮਹੱਲਾ ਆ ਜਾਂਦਾ, ਪੁੱਤਰਾ ਸੀ ਤੇਰੇ ਵੱਡੇ ਵਡੇਰੇ ਨਾ ਰੋ, ਕਿਉਂ ਰੋਣ ਡਿਆ ਸੀ ਤੇਰੇ ਸਿਰ 'ਤੇ ਆ। ਜਨਾਨੀ ਮਰ ਜਾਏ ਕੋਈ ਬੀਬੀ ਆਉਂਦੀ, ਮੈਂ ਤੇਰੀ ਜਨਾਨੀ ਹਾਂ। ਜਾਓ ਜਾ ਕੇ ਉਹਨਾਂ ਨੂੰ ਪੁੱਛੋ ਜਿਨ੍ਹਾਂ ਦੀਆਂ ਮਰ ਗਈਆਂ ਨੇ, ਜਨਾਨੀ ਦੀ ਕੀ ਕਦਰ ਹੁੰਦੀ ਹੈ। ਜਿੰਨਾ ਚਿਰ ਮੈਂ ਉਹਨੂੰ ਘੁੱਟ ਕੇ ਨਾ ਸੌਵਾਂ, ਮੈਨੂੰ ਨੀਂਦਰ ਹੀ ਨਹੀਂ ਹੁੰਦੀ ਹੈ। ਸਾਰੇ ਮਹੱਲੇ ਵਾਲੇ ਆਉਂਦੇ ਨੇ, ਪੁੱਤਰਾ ਤੂੰ ਜਨਾਨੀ ਦੇ ਥੱਲੇ ਲੱਗਾ, ਮੈਨੂੰ ਉੱਤੇ ਠੰਡ ਲੱਗਦੀ। ਜਨਾਨੀਆਂ ਕਿੱਥੋਂ ਲੱਭਦੀਆਂ? ਮਾਂ ਪਿਓ ਤਾਂ ਹਜ਼ਾਰਾਂ ਲੱਭ ਜਾਂਦੇ ਨੇ। ਅੰਮਾ ਮੇਰੀ ਕਹਿੰਦੀ 1,000 ਰੁਪਈਆ ਦੇ ਦਵਾਈ ਲਿਆਉਣੀ, ਮੈਂ ਕਿਹਾ ਮੇਰੇ ਕੋਲ ਨਹੀਂ ਪੈਸੇ ਆ। ਜਨਾਨੀ ਨੂੰ 4,000 ਰੁਪਏ ਦਾ ਸੂਟ ਪਵਾਇਆ, ਅੰਮਾ ਕਹਿੰਦੀ ਮੈਨੂੰ ਨਹੀਂ ਹਜ਼ਾਰ ਦਿੱਤਾ। ਮੈਂ ਕਿਹਾ ਤੁਸੀਂ ਖਾਣ ਢਾ ਲਿਆ, ਅੱਬੇ ਨੇ ਥੋੜ੍ਹੇ ਤਾਂ ਨਹੀਂ ਪਵਾਏ, ਹੁਣ ਮੇਰੀ ਜਨਾਨੀ ਦਾ ਟਾਈਮ ਹੈ। ਮੇਰਾ ਦਿਲ ਕਰਦਾ ਮੇਰਾ ਛੋਟੇ ਭਰਾ ਨੂੰ ਮੈਂ ਛੁਰੀਆਂ ਮਾਰਾਂ, ਮੈਂ ਹੁਣ ਪਾਗਲ ਹਾਂ ਸੁਲਾਹ ਕਰਾਂ, ਮੇਰੀ ਜਨਾਨੀ ਨੂੰ ਮਾਰਿਆ ਨੇ, ਉਦੋਂ ਵੀ ਜੀ ਆ ਗਿਆ ਤਾਂ ਕੋਈ ਮਾਫ਼ੀ ਮੰਗਣ, ਮੈਂ ਘਾਟ ਉੱਡ ਜਾਂਦਾ। ਉਹਨੂੰ ਕਿਉਂ ਮਾਰਿਆ? ਬਸ ਆਟਾ ਗੁੰਦੀ ਹਿਲਦੀ ਕਿਉਂ, ਚੈਣਾ ਦੀ ਲੈ ਆਉਂਦੇ ਫਿਰ ਪਾਕਿਸਤਾਨੀ ਉਹਨੇ ਦੇ ਲੈ, ਹੁਣ ਮੇਰੇ ਵਾਸਤੇ ਭਾਵੇਂ ਸਭ ਕੁਝ ਛੱਡ ਕੇ ਆਈਏ ਅਤੇ ਮੈਂ ਹੁਣ ਅੱਗੋਂ ਬਗੈਰਤ ਹੋਈ ਹਾਂ। 5 ਲੱਖ ਰੁਪਈਏ ਕਮੇਟੀ ਨਿਕਲੀ, 4 ਮਹੀਨੇ ਉਹਨੂੰ ਮਰੀ ਰੱਖਿਆ, ਜਦੋਂ ਪੈਸੇ ਮੁੱਕੇ ਨੇ ਘਰ ਆਇਆ, ਅੱਬਾ ਗਾਲਾਂ ਕੱਢਣ ਲੱਗ ਪਿਆ, ਕਹਿੰਦਾ ਨਿਕਲ ਜਾ ਮੇਰੇ ਘਰੋਂ, ਮੈਂ ਕਮਾਇਆ ਹੁਣ ਜਨਾਨੀ ਨੂੰ ਖਵਾਇਆ ਨੇ, ਫਿਰ ਕੀ ਜਨਾਨੀਆਂ ਕਿੱਥੋਂ? ਮਾਂ ਪਿਓ ਹਜ਼ਾਰਾਂ,